ਟਿਕਟ ਨੂੰ ਲੈ ਕੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਕਾਂਗਰਸੀ ਆਗੂ ਮੋਹਿੰਦਰ ਸਿੰਘ ਕੇਪੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਨਾਲ ਰਾਜਕੁਮਾਰ ਵੇਰਕਾ ਵੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਪੀ ਨੇ ਕਿਹਾ ਕਿ ਮੌਕਾ ਮਿਲਿਆ ਤਾਂ ਉਹ ਰਾਹੁਲ ਗਾਂਧੀ ਕੋਲ ਆਪਣੀ ਗੱਲ ਰੱਖਣਗੇ। ਬਾਕੀ 15 ਅਪ੍ਰੈਲ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਸੀਨੀਅਰ ਦਲਿਤ ਆਗੂਆਂ ਦੀ ਮੀਟਿੰਗ 'ਚ ਹੀ ਉਨ੍ਹਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। ਚੰਡੀਗੜ੍ਹ ਸਾਡੀ ਮੀਟਿੰਗ ਹੋਈ, ਰਾਹੁਲ ਜੀ ਤਾਂ ਚਲੇ ਜਾਣਗੇ ਆਪਣੇ ਇਲੈਕਸ਼ਨ ਕੈਂਪੇਨ ਦੇ ਵਿੱਚ, ਜਿਹੜੀ ਸਾਡੀ ਪਾਰਟੀ, ਜਿਹੜੇ ਅਸੀਂ ਜਿਹੜੇ ਸੀਨੀਅਰ ਲੀਡਰ ਆ ਦਲਿਤ ਵਰਗ ਦੇ ਔਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਸਾਰੇ ਇਕੱਠੇ ਹੋ ਰਹੇ। ਅਸੀਂ ਉਹ ਮੈਂ ਕਹਿ ਰਿਹਾ ਜੀ 15 ਤਰੀਕ ਨੂੰ ਇਹਦਾ ਫੈਸਲਾ ਕਰਾਂ। ਨਹੀਂ ਉਹ ਕਿਉਂਕਿ ਉਹ ਸਾਡੀ ਮੀਟਿੰਗ 'ਚ ਜੋ ਫੈਸਲਾ ਹੋਊਗਾ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਕਿ ਸਾਡਾ ਇਹ ਫੈਸਲਾ ਹੈ। ਨਹੀਂ ਟਿਕਟ ਤਾਂ ਡਿਨਾਈ ਕੀਤੀ ਹੈ, ਜੇ ਤਾਂ ਕੀ ਮਤਲਬ ਟਿਕਟ ਤਾਂ ਉਹਨਾਂ ਨੇ ਡਿਨਾਈ ਕਰ ਦਿੱਤੀ ਹੈ। ਬਾਕੀ ਅਸੀਂ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹਨੂੰ ਰਿਵਿਊ ਕਰੋ, ਉਹਦੇ ਵਿੱਚ ਦੇਖੋ ਕਿੰਨਾ ਕੁ ਪਾਰਟੀਸਪੇਸ਼ਨ। ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਸੰਤੋਖ ਚੌਧਰੀ ਨੂੰ ਟਿਕਟ ਮਿਲਣ ਤੋਂ ਬਾਅਦ ਮੋਹਿੰਦਰ ਸਿੰਘ ਕੇਪੀ ਨਾਰਾਜ਼ ਚੱਲੇ ਆ ਰਹੇ ਨੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ ਟੀਵੀ। ਸਿਆਸਤਦਾਨਾਂ ਦੇ ਸਫ਼ਰ ਤੇ ਨਵਾਂ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ, ਜਲਦ ਆ ਰਿਹਾ ਜਗਬਾਣੀ ਟੀਵੀ ਤੇ।